अस्सलाम वालेकुम। की हाल सारे भरावान दोस्तों का? ठीक हो? उम्मीद है जनाब सारे खैर खैरियत नाल हो। तो इस टाइम जनाब असा मौजूद हाँ उस्ताद चौधरी फयाज तोरिया उन्होंने छत उपर जनाब। तो असा नाल जनाब मौजूद हैं उस्ताद अब्दुल रहमान साहब। जनाब उस्ताद अब्दुल रहमान साहब जनाब छत उपर मौजूद हैं। तो उस्ताद चौधरी फयाज तोरिया साहब जनाब आल मुकीम डेनमार्क। तो ए जनाब एक दोस्त और भी बैठे हैं अरसलान भाई जनाब, ये भी जनाब छत उपर मौजूद हैं। तो असी जनाब आए सज उस्ताद चौधरी फयाज तोरिया साहब की अब्दुल रहमान साहब की जनाब असू 2021 ने टूर्नामेंट्स में शानदार कारकर्दगी पर मुबारकबाद देने का। तो माशाल्लाह जी 27 टूर्नामेंटा जनाब इन्होंने पहली दूई तीसरी चौथी इस तरह की पोजिशन आई हैं। तो माशाल्लाह जी बहुत ही अच्छा जड़ा ना असू 2021 इन्होंने रिजल्ट आया। तो हूँ जनाब तू इन्होंने कबूतर का भी शौक कराने आओ जी उस्ताद जी। जी अंदर कर दो तुसी करो। ए जनाब उस्ताद चौधरी फयाज दोरिया साहब जनाब उन्होंने सेटअप है। ए जनाब उस्ताद चौधरी फयाज तोरिया साहब उन्होंने परवाजी कबूतर ते उस्ताद जी की गल है कबूतर बड़े घट ने ब्रहार भाई पहले नंबर ते कबूतर ही काफी कम पट्टे सी करो बदल गए ਅਸੂਜ ਕਿਤਨੇ ਕਬੂਤਰਾਂ ਦੀ ਪਟਾਈ ਕੀਤੀ ਸੀ 25 ਕਬੂਤਰ ਇਬਰਾਹਿਮ ਭਾਈ ਪੱਟੇ ਸੀ ਟੋਟਲ 25 ਕਬੂਤਰ ਟੋਟਲ 25 ਕਬੂਤਰ ਪੱਟੇ ਸੀ ਮਾਸ਼ਾਅੱਲਾ ਜੀ ਅਸੂਜ ਪਰ ਪਟਾਈ ਜਨਾਬ ਇਹਨਾਂ ਦੀ ਛੱਤ ਤੇ ਟੋਟਲ 25 ਕਬੂਤਰਾਂ ਦੀ ਪਰ ਪਟਾਈ ਹੋਈ ਹੈ ਤੇ ਕਿਤਨੇ ਕਬੂਤਰ ਵਿੱਚ ਉਜਾਇਆ ਹੋਏ ਤੁਹਾਡੇ ਸਾਹਮਣੇ ਨੇ ਟੋਟਲ ਤਦਾਦ ਗਿਣ ਲਓ 12 ਪਿੱਛੇ ਜੇ ਬਾਕੀ ਚੱਗੇ ਚਲੇ ਗਏ ਨੇ ਜਿਹੜੇ 13 ਕਬੂਤਰ 25 ਕਬੂਤਰ ਜਨਾਬ ਉਸਤਾਦ ਚੌਧਰੀ ਫਿਆਜ਼ ਦੋਰੀਆ ਸਾਹਿਬ ਜਨਾਬ ਉਹਨਾਂ ਨੇ ਛੱਤ ਉੱਪਰ ਅਸੂ ਨੇ ਪਰ ਪਟਾਈ ਹੋਈ ਹੈ 13 ਕਬੂਤਰ ਜਨਾਬ ਉਹਨਾਂ ਨੇ ਮੌਸਮਾਂ ਦੀ ਖਰਾਬੀ ਦੀ ਵਜ੍ਹਾ ਤੋਂ ਜ਼ਾਇਆ ਹੋਏ ਨੇ ਤੇ 12 ਕਬੂਤਰ ਜਨਾਬ ਤੇ 13 ਕਬੂਤਰ ਹੈ ਇਹ ਜਨਾਬ ਇਹਨਾਂ ਨੇ ਛੱਤ ਉੱਪਰ ਪਿੱਛੇ ਰਹਿ ਗਏ ਤੇ ਟੂਰਨਾਮੈਂਟਾਂ ਤੋਂ ਪਹਿਲੇ ਜ਼ਾਇਆ ਹੋ ਗਏ ਸਨ हां जी टूर्नामेंट जिस दिन टूर्नामेंट उड़ाया 12 ही कबूतर से ਤੇ ਜਿਹੜੇ ਵੀ ਟੂਰਨਾਮੈਂਟ ਤੁਸੀਂ ਖੇਡੇ ਮਸਲਨ ਹੈ 5 ਰੋਜ਼ਾ 3 ਰੋਜ਼ਾ ਸਿਰਫ ਹੈ ਜਿਹੜੇ 11 12 ਕਬੂਤਰ ਹੈ ਜੀ ਮਾਸ਼ਾਅੱਲਾ ਜੀ ਤੇ ਇਹ ਜਨਾਬ ਕਬੂਤਰ ਹਨ ਉਸਤਾਦ ਚੌਧਰੀ ਫਿਆਜ਼ ਦੋਰੀਆ ਸਾਹਿਬ ਨੇ ਤੇ ਮਾਸ਼ਾਅੱਲਾ ਜੀ ਬਹੁਤ ਹੀ ਅੱਛੀ ਕਾਰਗਰਦਗੀ ਅਸੂ 2021 ਦੇ ਟੂਰਨਾਮੈਂਟਸ ਵਿੱਚ ਤੇ ਉਸਤਾਦ ਜੀ ਕਿੰਨੇ ਟੂਰਨਾਮੈਂਟ ਤੁਸੀਂ ਜਿਹੜਾ ਨਾ ਹਿੱਸਾ ਲਿਆ ਸੀ ਉਹਨਾਂ ਕੱਪਾਂ ਜੀ ਇਮਰਾਨ ਭਾਈ ਸਾਡੇ 28 ਟੂਰਨਾਮੈਂਟ ਵਿੱਚ ਹਿੱਸਾ ਸੀ ਤੇ ਮਾਸ਼ਾਅੱਲਾ ਸਾਰਿਆਂ ਜੀ ਅੱਛਾ ਰਿਜ਼ਲਟ ਆਇਆ ਹੈ 27-28 ਤੇ ਮੈਂ ਪੋਸਟ ਵਗੈਰਾ ਤੱਕੀ 27-28 ਤੇ ਤੁਹਾਡੀਆਂ ਪੋਜੀਸ਼ਨਾਂ ਆਈਆਂ 27 ਚਾਹੀਦੀ ਜੀ ਜਿੰਨੇ ਉਡਾਏ ਨੇ ਸਾਰੇ ਪੋਜੀਸ਼ਨਾਂ ਮਾਸ਼ਾਅੱਲਾ ਜੀ ਮਤਲਬ ਜਿੰਨੇ ਵੀ ਟੂਰਨਾਮੈਂਟ ਆਂ ਸਾਂ ਹਿੱਸਾ ਕਹਿੰਦੇ ਸੀ ਸਾਰਿਆਂ ਜਿਹੜਾ ਨਾ ਤੇ ਉਹ ਤੁਹਾਡੀ ਬਹੁਤ ਹੀ ਅੱਛੀ ਕਾਰਗਰਦਗੀ ਹੈ ਤੇ ਦੋ ਕਬੂਤਰ ਤੁਹਾਡੇ ਇੱਕ ਓਵਰ ਟਾਈਮ ਮੇਰਾ ਖਿਆਲ ਹੈ ਬੈਠਾ ਓਵਰ ਟਾਈਮ ਇਸ ਟਾਈਮ ਵਿੱਚ ਬੈਠ ਗਿਆ 8 ਕੁਝਾਂ ਦੇ ਬਹਿ ਗਿਆ ਸੀ 22 ਦੇ ਜੀ 8-22 ਤੇ ਬਹਿ ਗਿਆ ਸੀ ਜੀ ਤੇ ਦੋ ਕਬੂਤਰ ਉਸ ਦਿਨ ਰਾਤ ਰਹੇ ਸਨ ਹਾਂਜੀ ਇਹ ਇੱਕ ਕਬੂਤਰ ਸੀ ਰਾਤ ਹੀ ਦੇ ਨਾਲ ਫਿਰਦਾ ਰਿਹਾ ਇਹ ਵੈਸੇ ਬੈਠਾ ਨਹੀਂ ਸੀ ਆਇਆ ਸੁਬਹ ਹੀ ਸੀ ਅੱਛਾ ਇਹ ਸੁਬਹ ਵਾਪਸ ਆਇਆ ਸੀ ਆ ਦੋਏ ਗਏ ਸੀ ਸੁਬਹ ਵਾਪਸ ਅੰਧੇਰੇ ਸਾਹ ਵੀ ਉੱਡਦੇ ਰਹੇ ਨੇ ਲੇਕਿਨ ਇਹ ਕਬੂਤਰ 8:30 ਵਜੇ ਤੱਕ ਉਸ ਕਬੂਤਰ ਨਾਲ ਫਿਰਦਾ ਰਿਹਾ ਮਸਲ ਜਿਹੜੇ ਦੋ ਰਾਤ ਰਹੇ ਸਨ ਦੋਏ ਸੁਬਹ ਵਾਪਸ ਆ ਦੋਏ ਸੁਬਹ ਆ ਗਏ ਸੀ ਔਰ ਬਾਅਦ ਵਿੱਚ ਇੱਕ ਕਬੂਤਰ ਸੀ ਉਡਾਉਂਦੇ ਰਿਹਾ ਕੱਪਾਂ 'ਚ ਅੱਗੇ ਨਾ ਫਿਰ ਅੰਧੇਰੇ 'ਚ ਬੈਠਦਾ ਰਿਹਾ ਮਤਲਬ ਉਸ ਤੋਂ ਅਗਲੀ ਫੜਕ ਵਿੱਚ ਫਿਰ ਪਾਇਆ ਜੀ ਪਾਇਆ ਸੀ ਕਿੰਨੇ ਵਜੇ ਬੈਠਾ ਉਸ ਤੋਂ ਅਗਲੇ ਫਿਰ ਬੈਠ ਗਿਆ ਸੀ 1:18 ਠੀਕ ਹੋ ਗਿਆ ਤੇ ਜਿਸ ਦਿਨ ਇਹ ਦੋਏ ਕਬੂਤਰ ਰਾਤ ਰਹੇ ਉਸ ਦਿਨ ਤੁਹਾਡਾ ਪਹਿਲਾ ਕਬੂਤਰ ਕਿਦੋਂ 6:04 ਦੇ ਪਹਿਲਾ ਬੈਠਾ ਸੀ ਉਸ ਦਿਨ ਪਹਿਲਾ ਕਬੂਤਰ ਹੀ 6:04 ਤੇ ਮਾਸ਼ਾਅੱਲਾ ਜੀ ਤੇ ਅਸੂ 2021 ਦੇ ਟੂਰਨਾਮੈਂਟਾਂ 'ਚ ਬਹੁਤ ਹੀ ਅੱਛੀ ਪ੍ਰੋਗਰੈਸ ਰਹੀ ਇਹਨਾਂ ਦੀ ਤੇ ਥੋੜ੍ਹਾ ਜਿਹਾ ਇਧਰ ਆਓ ਪਿੱਛੇ ਹੋ ਐ ਜਨਾਬ ਕਬੂਤਰ ਜਿਹੜਾ ਇਹਨਾਂ ਨਾਲ ਰਾਤ ਰਿਹਾ ਸੀ ਉਸ ਤੋਂ ਫਿਰ ਅਗਲੀ ਫੜਕ ਵਿੱਚ ਇਹਨਾਂ ਜਨਾਬ ਦੁਬਾਰਾ ਇਸੇ ਮੌਕਾ ਦਿੱਤਾ ਤੇ ਮਾਸ਼ਾਅੱਲਾ ਅੱਗੇ ਫਿਰ ਬੰਦਾ ਰਿਹਾ ਕਬੂਤਰ ਜੀ ਅਗਲੀ ਫਿਰ ਤਿੰਨੇ ਫਿਰਦਾਂ ਦੇਰੇ ਚ ਬੈਠਾ ਹੈ ਮਾਸ਼ਾਅੱਲਾ ਜੀ
ਐ ਜਨਾਬ ਇਸ ਨਾਲ ਆਈਸ ਕਲੋਜ਼ ਅਪ ਹੈ ਤੇ ਇਹ ਕਬੂਤਰ ਜਿਹੜੇ ਨੇ ਸਾਰੇ ਘਰ ਦੇ ਨੇ ਜਾਂ ਕੋਈ ਬਾਹਰ ਦਾ ਵੀ ਹੈ ਜੀ ਘਰ ਦੇ ਨੇ ਸਾਹਿਬ ਇੱਕ ਕਬੂਤਰ ਉਸਤਾਦਾਂ ਦੀ ਤਰਫੋਂ ਆਇਆ ਗਿਫਟ ਤੇ ਉਸਤਾਦ ਖਾਲਿਦ ਖਟਕ ਸਾਹਿਬ ਜੀ ਉਹ ਵੀ ਘਰ ਦੇ ਹੀ ਹੋਏ ਹਾਂ ਜੀ ਇੱਕ ਕਬੂਤਰ ਜਨਾਬ ਇਹ ਉਸਤਾਦ ਖਾਲਿਦ ਖਟਕ ਸਾਹਿਬ ਉਸਤਾਦ ਚੌਧਰੀ ਫਿਆਜ਼ ਦੋਰੀਆ ਸਾਹਿਬ ਦੇ ਜਨਾਬ ਉਸਤਾਦ ਹਨ ਉਹਨਾਂ ਦੇ ਘਰ ਦਾ ਤੇ ਬਾਕੀ ਸਾਰੇ ਕਬੂਤਰ ਜਨਾਬ ਉਸਤਾਦ ਚੌਧਰੀ ਫਿਆਜ਼ ਦੋਰੀਆ ਸਾਹਿਬ ਦੇ ਘਰ ਦੇ ਨੇ ਤੇ ਇਹ ਕਿਹੜਾ ਕਬੂਤਰ ਹੈ ਇਹ ਸਾਰੇ ਸ਼ਰਮੀਲਾ ਔਰ ਟੈਡੀ ਕ੍ਰਾਸ ਹੈ ਅੱਛਾ ਸ਼ਰਮੀਲਾ ਕਬੂਤਰ ਤੇ ਟੈਡੀ ਕਬੂਤਰ ਜਨਾਬ ਕ੍ਰਾਸ ਤੱਕ ਬਣਤੇ ਹਾਂ ਜੀ ਸ਼ਰਮੀਲੀ ਹੈ ਬਿਊ ਟੈਡੀ ਸੀ ਮਾਸ਼ਾਅੱਲਾ ਜੀ ਇਹ ਜਨਾਬ ਸ਼ਰਮੀਲਾ ਤੇ ਪਲੱਸ ਟੈਡੀ ਕ੍ਰਾਸ ਹੈ ਮਾਸ਼ਾਅੱਲਾ ਜੀ ਇਹਨਾਂ ਜੋ ਕੋਈ ਇੱਕ ਅੱਧ ਕਬੂਤਰ ਜਿਹੜਾ ਤੁਹਾਡਾ ਬਹੁਤ ਹੀ ਜ਼ਿਆਦਾ ਹੈ ਪਸੰਦ ਆਵੇ ਜਾਂ ਪ੍ਰਾਈਵੇਟ ਕਬੂਤਰ ਮੈਂ ਸਰ ਦਿਖਾਣਾ ਜੋ ਵੀ ਬਾਹਰ ਛੋੜਦਾ ਸਾਰਿਆਂ ਦਾ ਸੱਤਾ ਦਾ ਸ਼ੌਕ ਕਰਾ ਦੇ ਕਰਾ ਦੇ ਕਰਾ ਦੇ ਸੀ ਹੈ ਬਾਕੀ ਜਿਹੜੇ ਟੂਰਨਾਮੈਂਟ ਵਿੱਚ ਉੱਡੇ ਹੈ ਐ ਇਬਰਾਰ ਭਾਈ ਪਹਿਲੇ ਦਿਨ ਬੈਠਾ ਸੀ 6-54 ਤੇ ਫਿਰ ਉਸ ਤੋਂ ਬਾਅਦ ਇੱਕ ਫੜਕ ਬੈਠਾ 6-53 ਦੇ ਬਾਕੀ ਸਾਰੀਆਂ 6 ਤੋਂ ਪਾਰ ਵਾਲੀਆਂ ਨੇ 6-22-6-23 ਇਹ ਵੀ ਜਨਾਬ 5 ਫੜਕਾਂ ਚੋਂ 4 ਫੜਕਾਂ 6 ਤੋਂ ਪਾਰ ਜੀ ਇੱਕ ਬੈਠਾ ਸੀ ਉਹ ਵੀ 5-53 ਦੇ ਬੈਠਾ 5-53 ਤੇ ਮਾਸ਼ਾਅੱਲਾ ਜੀ ਤੇ ਬਾਕੀ 6 ਤੋਂ ਪਾਰ ਜੀ ਮਤਲਬ 5 ਦਿਨ ਹੀ ਸ਼ਾਮ ਦੀਆਂ ਪਰਵਾਜ਼ਾਂ ਇਸ ਕਬੂਤਰ ਦੀਆਂ ਤੇ ਉਸਤਾਦ ਜੀ ਇਹ ਗੱਲ ਦੱਸੋ ਕਿ ਕਿਹੜਾ ਕਬੂਤਰ ਹੈ ਘਰ ਦਾ ਇਹ ਅਨਮੋਲ ਹੈ 1 ਨੰਬਰ ਅਨਮੋਲ ਗੋਲਡਨ ਕਬੂਤਰ ਜੀ ਗੋਲਡਨ 1 ਨੰਬਰ ਇਹ ਜਨਾਬ ਉਸਤਾਦ ਚੌਧਰੀ ਫਿਆਜ਼ ਦੋਰੀਆ ਸਾਹਿਬ ਦੇ ਅਨਮੋਲ ਗੋਲਡਨ ਕਬੂਤਰ ਮਾਸ਼ਾਅੱਲਾ ਅਕਸਰ ਉਹ ਵਟਸਐਪ ਗਰੁੱਪਾਂ 'ਚ ਵੀ ਜਨਾਬ ਉਹਦੀ ਫੋਟੋ ਲਾਉਣੇ ਬਹੁਤ ਹੀ ਆਊਟ ਕਲਾਸ ਬਰੀਡ ਹੈ ਤੇ ਉਸ ਨਾਲ ਕੋਈ ਪੱਠਾ ਜਨਾਬ ਸ਼ੋਅ ਕਰੋ ਅਨਮੋਲ ਮਾਸ਼ਾਅੱਲਾ ਜੀ ਇਹ ਜਨਾਬ ਇਸ ਨਾਲ ਆਈਸ ਕਲੋਜ਼ ਅਪ ਭਾਈ ਯਾਰ ਅਭੀ ਤੱਕ ਮਾਸ਼ਾਅੱਲਾ ਜੀ ਹੈ ਇਬਰਾਰ ਭਾਈ ਪਹਿਲੇ ਦਿਨ 6-40 ਦੂਸਰੇ ਦਿਨ 3-20 ਉਸ ਤੋਂ ਬਾਅਦ ਸਾਰੀਆਂ 6 ਤੋਂ ਬਾਅਦ ਦੀਆਂ ਫੜਕਾਂ ਮਾਸ਼ਾਅੱਲਾ ਜੀ ਰੈਂਡ ਤੇ ਆਖਰੀ 3 ਫੜਕਾਂ ਰੈਂਡ ਤੇ ਹੀ ਬੈਠਾ ਹੈ 6 ਤੋਂ 6 ਕੁਝਾਂ ਦੇ ਹਾਂਜੀ ਅੰਧੇਰੇ 'ਚ ਅੰਧੇਰੇ 'ਚ ਆਖਰੀ ਫੜਕ ਵੀ 6-40 ਤੇ ਹੀ ਬੈਠਾ ਸੀ ਠੀਕ ਹੋ ਗਿਆ ਇਹ ਕਬੂਤਰ ਵੀ ਘਰ ਦਾ ਹਾਂਜੀ ਘਰ ਦਾ ਇਹ ਸ਼ਰਮੀਲਾ ਔਰ ਟੈਡੀ ਇਹ ਵੀ ਸ਼ਰਮੀਲਾ ਜੀ ਮਤਲਬ ਜ਼ਿਆਦਾਤਰ ਆਰ ਕ੍ਰਾਸ ਸ਼ਰਮੀਲਾ ਹੀ ਕਬੂਤਰ ਲਾਜ਼ਮੀ ਹੈ ਸ਼ਰਮੀਲਾ ਹੈ ਜੀ ਮਾਸ਼ਾਅੱਲਾ ਜੀ ਇਸ ਕਬੂਤਰ ਦਾ ਵੀ ਸ਼ੋਅ ਕਰੋ ਜਨਾਬ ਮਾਸ਼ਾਅੱਲਾ ਜੀ ਜ਼ਬਰਦਸਤ ਜੀ ਸ਼ਰਮੀਲਾ ਪਲੱਸ ਗੋਲਡਨ ਮਾਸ਼ਾਅੱਲਾ ਜੀ ਜ਼ਬਰਦਸਤ ਸੀ ਇਸ ਨਾਲ ਮਤਲਬ ਹੈ ਕਿ ਜਿਤਨੇ ਵੀ ਤੁਹਾਡੇ ਕਬੂਤਰ ਹਨ ਉਹਨਾਂ 'ਚ ਸ਼ਰਮੀਲਾ ਪਰ ਲਾਜ਼ਮੀ ਹੈ ਮਾਸ਼ਾਅੱਲਾ ਜੀ ਇੱਕੋ ਕਬੂਤਰ ਗੋਲਡਨ ਸੀ ਜਿਹੜਾ ਉਹ ਤੁਹਾਨੂੰ ਦਿਖਾਇਆ ਅਨਮੋਲ ਅਨਮੋਲ ਜੀ ਠੀਕ ਹੋ ਗਿਆ ਵਾਲੇਕੁਮ ਸਲਾਮ ਰਾਜਾ ਜਨਜੀਤ ਸਾਹਿਬ ਕੀ ਹਾਲ ਹੈ ਜਨਾਬ ਠੀਕ ਹੋ ਸਿਹਤ ਕੈਸੀ ਹੈ ਬਹੁਤ ਸ਼ੁਕਰੀਆ ਰਾਏ ਸਾਹਿਬ ਮਿਹਰਬਾਨੀ ਇਹ ਜਨਾਬ ਕਿਹੜਾ ਕਬੂਤਰ ਹੈ ਇਹਦੇ ਵਿੱਚ ਸ਼ਰਮੀਲਾ ਔਰ ਗੋਲਡਨ ਕ੍ਰਾਸ ਇਹ ਵੀ ਜਨਾਬ ਸ਼ਰਮੀਲਾ ਪਲੱਸ ਗੋਲਡਨ ਕ੍ਰਾਸ ਤੇ ਇਧਰੀਆਂ ਕੀ ਇਸ ਦੀਆਂ ਕੀ ਪਰਵਾਜ਼ਾਂ ਰਹੀਆਂ ਬਰਾਰ ਭਾਈ ਇਹ ਵੀ ਮਤਲਬ ਕੋਈ ਵੀ ਫੜਕ ਨਹੀਂ ਮਤਲਬ 5:30-5:30 ਵਜੇ ਅੰਧੇਰੇ 'ਚ ਵੀ ਬੈਠਾ ਹੈ ਮਾਸ਼ਾਅੱਲਾ ਜੀ 5 ਤੋਂ ਬਾਅਦ ਜੀ ਆਖਰੀ ਫੜਕ ਵੀ 6:22-6:23 ਤੇ ਬੈਠਾ ਸੀ ਮਾਸ਼ਾਅੱਲਾ ਜੀ ਜ਼ਬਰਦਸਤ ਜੀ 5 ਨੰਬਰ ਕਬੂਤਰ ਹੈ ਠੀਕ ਹੋ ਗਿਆ ਤੇ ਇਧਰ ਆਓ ਥੋੜ੍ਹੇ ਜਿਹੇ
ਹੁਣ ਤੁਹਾਡੇ ਕੋਲ ਕਬੂਤਰ ਵੀ ਬੜੀ ਮਹਦੂਦ ਜਿਹੀ ਤਦਾਦ ਵਿੱਚ ਸਨ ਹੈ 25 ਕਬੂਤਰ ਤੁਸੀਂ ਟੋਟਲ ਪਟਾਈ ਕੀਤੇ ਸਨ ਜੀ ਜੀ ਤੇ ਕਿਸ ਤਰ੍ਹਾਂ ਉਹਨਾਂ ਦੀ ਤਿਆਰੀ ਵਗੈਰਾ ਕੀਤੀ ਹੈ ਇਹ ਸਰ ਮੇਰੇ ਉਸਤਾਦ ਉਸਤਾਦ ਜੋ ਫਿਆਜ਼ ਸਾਹਿਬ ਔਰ ਉਸਤਾਦ ਖਾਲਕੜ ਸਾਹਿਬ ਦੀ ਰਹਿਨਮਾਈ ਸੀ ਭਰਪੂਰ ਤਾਵਨ ਸੀ ਉਹਨਾਂ ਦਾ ਹਰ ਵਕਤ ਉਹਨਾਂ ਦੀ ਸਲਾਹ ਮਸ਼ਵਰੇ ਨਾਲ ਦੇਖੋ ਫਿਰ ਮੌਸਮਾਂ ਦੀ ਜ਼ਦ ਵੀ ਕਾਫੀ ਸੀ ਬਾਕੀ ਕੁਝ ਕਬੂਤਰ ਜ਼ਾਇਆ ਹੋਏ ਸੀ ਨਹੀਂ ਕਿਉਂਕਿ ਮੈਂ ਇਸ ਗੱਲ ਪੁੱਛ ਰਿਹਾ ਨਾ ਕਾਫੀ ਮਸਲਨ ਦੋਸਤ ਪ੍ਰਾਂਤ ਸਾਡੇ ਜਿਨ੍ਹਾਂ ਦੇ ਬਹੁਤ ਕਬੂਤਰ ਜ਼ਾਇਆ ਹੋਏ ਨੇ ਜੀ ਜੀ ਠੀਕ ਹੈ ਪਰ ਤੁਸੀਂ ਪਟਾਈ 25 ਕਬੂਤਰਾਂ ਦੇ ਕੀਤੇ ਸੀ ਤੇ ਫਿਰ ਵੀ ਮਤਲਬ ਜਿਹੜਾ ਨਾ ਇਤਨਾ ਅੱਛਾ ਰਿਜ਼ਲਟ ਤੇ ਇਸ ਦਾ ਮਤਲਬ ਹੈ ਕਿ ਉਸਤਾਦ ਚੌਧਰੀ ਫਿਆਜ਼ ਧੋਰੀਆ ਸਾਹਿਬ ਤੇ ਉਸਤਾਦ ਖਾਲਦ ਖਟਕ ਸਾਹਿਬ ਉਹ ਜਨਾਬ ਐਨੀ ਟਾਈਮ ਤੁਹਾਡੇ ਨਾਲ ਰਾਬਤੇ ਚ ਰਹਿੰਦੇ ਸੀ 24 ਘੰਟੇ ਬਰਾਬਰ ਭਾਈ ਮਤਲਬ ਹਰ ਘੰਟੇ ਬਾਅਦ ਰਾਬਤੇ ਚ ਸੀ ਮਤਲਬ ਰਾਤ ਨੂੰ ਕੀ ਸੋਣੇ ਕੀ 11 12 ਵਜੇ ਤੱਕ ਵੀ ਰਾਬਤੇ ਚ ਰਹਿੰਦੇ ਸੀ ਠੀਕ ਹੋ ਗਿਆ ਉਹ ਕੁਝ ਜਿਹੜੇ 2-4 ਘੰਟੇ ਨਹੀਂ ਸੋਂਦੇ ਸੀ ਰੈਸਟ ਮੈਂ ਕਰਦਾ ਸੀ ਉਹਦੇ ਵਿੱਚ ਨਹੀਂ ਸਵੇਰ ਉੱਠਦਿਆਂ ਵੀ ਰਾਬਤਾ ਸ਼ਾਮ ਨੂੰ ਹਰ ਵਕਤ ਅੱਧੇ ਘੰਟੇ ਘੰਟੇ ਤੱਕ ਰਾਬਤੇ ਵਿੱਚ ਚਲੋ ਇਹ ਤੇ ਸਮਝ ਆਉਂਦੀ ਹੈ ਉਸਤਾਦ ਚੌਧਰੀ ਫਿਆਜ਼ ਧੋਰੀਆ ਸਾਹਿਬ ਦੀ ਤੇ ਛਾਤੇ ਉਹ ਤੇ ਅਪਡੇਟ ਲੈਂਦੇ ਰਹਿੰਦੇ ਨੇ ਤੇ ਉਸਤਾਦ ਖਾਲਦ ਖਟਕ ਸਾਹਿਬ ਜੀ ਬਿਲਕੁਲ ਉਹ ਵੀ ਜਿਸ ਤਰ੍ਹਾਂ ਭਾਈ ਫਿਆਜ਼ ਕਾਲਾਂ ਤੇ ਇਸ ਤਰ੍ਹਾਂ ਹੀ ਟਾਈਮ ਦਿੰਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਦੀ ਆਪਣੀ ਸ਼ਾਦਾ ਔਰ ਬਹੁਤ ਮੁਹੱਬਤ ਪਿਆਰ ਕਰ ਰਹੇ ਨੇ ਔਰ ਬਹੁਤ ਤਾਵਨ ਕਰ ਰਹੇ ਨੇ ਜਿੰਨੀ ਮੇਰੀ ਕਾਮਯਾਬੀ ਹੈ ਉਸਤਾਦਾਂ ਦੀ ਕਾਮਯਾਬੀ ਹੈ ਉਹਨਾਂ ਦਾ ਬਹੁਤ ਹੱਥ ਹੈ ਔਰ ਬਹੁਤ ਰਹਿਨਮਾਈ ਕਰਦੇ ਨੇ ਹਰ ਇੱਕ ਚੀਜ਼ ਟੋਟਲ ਏ ਟੂ ਜ਼ੈਡ ਮਤਲਬ ਰਹਿਨਮਾਈ ਕਰ ਰਹੇ ਨੇ ਦੱਸ ਰਹੇ ਨੇ ਸਮਝਾ ਰਹੇ ਨੇ ਕਿਸ ਤਰ੍ਹਾਂ ਕੀ ਕਰਨਾ ਹੈ ਨਹੀਂ ਕਿਉਂਕਿ ਮੈਂ ਅਬਦੁਲ ਰਹਿਮਾਨ ਸਾਹਿਬ ਇਸ ਮਾਰੇ ਪੁੱਛ ਰਿਹਾ ਕਿ ਉਸਤਾਦ ਖਟਕ ਸਾਹਿਬ ਵੀ ਉਹ ਵੀ ਇੱਥੇ ਪਾਕਿਸਤਾਨ ਵਿੱਚ ਮੌਜੂਦ ਨੇ ਜੀ ਜੀ ਉਸਤਾਦ ਚੌਧਰੀ ਫਿਆਜ਼ ਧੋਰੀਆ ਸਾਹਿਬ ਵੀ ਮੌਜੂਦ ਨੇ ਜੋ ਕੁਝ ਇੱਥੇ ਤੁਸੀਂ ਕਰਨਾ ਇਹਨਾਂ ਕਬੂਤਰਾਂ ਨੂੰ ਤਿਆਰੀ ਦੇਣੀ ਸੰਭਾਲ ਕਰਨੀ ਜੋ ਕੁਝ ਵੀ ਹੈ ਤੁਹਾਡੇ ਹੱਥ ਹੀ ਹੈ ਪਰ ਫਿਰ ਵੀ ਐਡਾ ਅੱਛਾ ਰਿਜ਼ਲਟ ਉਹ ਵੀ ਸਿਰਫ ਫੋਨ ਤੇ ਦੱਸ ਦਿੰਦੇ ਤੁਸੀਂ ਉਂਝ ਕਰ ਦਿੰਦੇ ਹਾਂ ਜੀ ਫੋਨ ਦੇ ਪਤਾ ਜ਼ਬਰਦਸਤ ਹੋ ਗਿਆ ਜੀ ਤੇ ਚਲੋ ਅਗਲੇ ਕਬੂਤਰ ਦਾ ਵੀ ਸ਼ੋਅ ਕਰਾਓ ਨਾਲ ਇਹ ਇੱਕ ਮਾਦੀ ਪਾਈ ਸੀ ਸਰ ਇਹ ਕਿਹੜੀ ਮਾਦੀ ਹੈ ਇਹ ਸਰ ਟੈਡੀ ਔਰ ਗੋਲਡਨ ਸਾਡੇ AK-47 ਕਬੂਤਰ ਨੇ AK-47 ਠੀਕ ਹੋ ਗਿਆ ਸ਼ੋਅ ਵਾਲਾ ਕਬੂਤਰ ਹੈ ਸਾਡੇ ਨਾਲ ਉਹਨਾਂ ਦਾ ਕਰਾਸ ਮਾਸ਼ਾਅੱਲਾ ਜੀ ਮਤਲਬ ਇਹ ਵੀ ਕਰਦੀ ਹੈ ਜੀ ਜੀ ਸ਼ੋਅ ਕਰੋ ਜੀ ਮਾਸ਼ਾਅੱਲਾ ਜੀ ਜ਼ਬਰਦਸਤ ਜੀ ਇਹਦੀਆਂ ਕੀ ਪਰਵਾਜ਼ਾਂ ਰਹੀਆਂ ਬਰਾਰ ਵੀ ਪਹਿਲੀ ਫੜਕ ਬੈਠੀ ਸੀ 6:58 ਤੇ ਮਾਸ਼ਾਅੱਲਾ ਉਸ ਤੋਂ ਬਾਅਦ 3-4 ਵਜੇ ਬੈਠੀ ਹੈ ਫਿਰ 5 ਵਜੇ ਤੱਕ ਬੈਠੀ ਹੈ ਆਖਰੀ ਫੜਕ ਫਿਰ 5:00 ਕੁਝ ਮਿੰਟਾਂ ਦੇ ਬੈਠੀ ਹੈ ਮਾਸ਼ਾਅੱਲਾ ਜੀ ਯਾਨੀ ਐਵਰੇਜ ਬਹੁਤ ਅੱਛੀ 8-10 ਘੰਟਿਆਂ ਦੀ 9-10 ਘੰਟੇ ਪਹਿਲੀ ਫੜਕ ਬੈਠੀ ਸੀ ਫਿਰ ਬਾਅਦ 2 ਫੜਕਾਂ 3 ਵਜੇ ਬੈਠੀ ਸੀ 3-4, 3-9 ਉਸ ਤੋਂ ਬਾਅਦ 2 ਫੜਕਾਂ ਫਿਰ 5 ਤੋਂ ਪਾਰ ਬੈਠੀ ਹੈ ਠੀਕ ਹੋ ਗਿਆ ਮਲਿਕ ਸਾਹਿਬ ਅੱਜ ਦਾ ਜਿਹੜਾ ਵਨ ਡੇ ਆ 10 ਅਕਤੂਬਰ ਦਾ ਉਹ ਉਸਤਾਦ ਚੌਧਰੀ ਫਿਆਜ਼ ਧੋਰੀਆ ਸਾਹਿਬ ਨਹੀਂ ਉਡਾ ਰਹੇ ਤੇ ਇਹਨਾਂ ਦੀ ਛੱਤ ਅੱਜ ਦੇ ਟੂਰਨਾਮੈਂਟ ਵਿੱਚ ਨਹੀਂ ਹੈ ਭਾਈ ਉਰੇ ਸ਼ਿਬਰਾਤ ਭਾਈ ਕਹਿੰਦੇ ਫੜ ਗਿਆ ਕਬੂਤਰ ਰਿਹਾ ਸੀ ਰਾਤ ਅੱਛਾ ਰਾਤ ਰਹਿ ਗਿਆ ਸੀ ਜੀ ਆਇਆ ਸੀ ਸਾਹਮਣੇ ਔਰ ਅਗਲੇ ਦਿਨ ਸਵੇਰ 2:30 ਵਜੇ ਬੈਠਾ ਸੀ ਜੀ ਬਿਲਕੁਲ ਤੁਸੀਂ ਇਹਦੀ ਵੀਡੀਓ ਵੀ ਗਰੁੱਪ 'ਚ ਲਾਈ ਸੀ ਹਾਂਜੀ ਠੀਕ ਹੋ ਗਿਆ ਉਹ ਕਬੂਤਰ ਸੀ ਠੀਕ ਹੋ ਗਿਆ ਤੇ ਇਹਨੂੰ ਫਿਰ ਅੱਗੇ ਮੌਕਾ ਦਿੱਤਾ ਨਹੀਂ ਨਹੀਂ ਕੋਈ ਨਹੀਂ ਮੌਕਾ ਅੱਛਾ ਇਹਨੂੰ ਮੌਕਾ ਨਹੀਂ ਦਿੱਤਾ ਪਹਿਲੀ ਫੜਕ ਵਿੱਚ ਆ ਕਬੂਤਰ ਜਨਾਬ ਰਾਤ ਰਹਿ ਗਿਆ ਸੀ ਤੇ ਫਿਰ ਜਨਾਬ ਇਹਨੂੰ ਜਿਹੜਾ ਨਾ ਰੋਕ ਲਿਆ ਕਿਉਂਕਿ ਰਾਤ ਜਿਹੜਾ ਨਾ ਇਹ ਨਹੀਂ ਸੀ ਬੈਠ ਰਿਹਾ ਇਹ ਵੀ ਕਰਦਾ ਹਾਂਜੀ ਕਰਦਾ ਮਾਸ਼ਾਅੱਲਾ ਉਹਨੇ ਪਿਓਰ ਸ਼ਰਮੀਲਾ ਜ਼ਬਰਦਸਤ ਸੀ ਇਹ ਜਨਾਬ ਪਿਓਰ ਸ਼ਰਮੀਲਾ ਕਬੂਤਰ ਹੈ ਹਾਂ ਦੇ ਮਾਂ ਬਾਪ ਦੋ ਸ਼ਰਮੀਲੇ ਮਾਸ਼ਾਅੱਲਾ ਜੀ ਜ਼ਬਰਦਸਤ ਜੀ ਤੇ ਤੁਸੀਂ 8-7 ਕਬੂਤਰ ਟੂਰਨਾਮੈਂਟਾਂ ਚ ਪਾਉਂਦੇ ਸੋ ਪਿੱਛੇ 7-8 ਹੀ ਬਚਦੇ ਸਨ ਹਾਂਜੀ ਉਹ ਜੀ ਇਹ ਦੇਖ ਲਓ ਪਿੱਛੇ ਆ ਜਾਈ ਇੱਕ ਕਬੂਤਰ ਬਣਾ ਦੇ ਪਿੱਛੇ ਆ ਕੇ 3-4 ਬਸ ਹਾਂਜੀ ਮਾਸ਼ਾਅੱਲਾ ਜੀ ਇਤਨੀ ਕਾਮ ਤਦਾਦ ਵਿੱਚ ਪਾਰ ਪਟਾਈ ਕਰਕੇ 25 ਕਬੂਤਰਾਂ ਨਾਲ ਤੇ ਇਤਨਾ ਅੱਛਾ ਰਿਜ਼ਲਟ ਮਾਸ਼ਾਅੱਲਾ ਜੀ ਉਸਤਾਦਾਂ ਦੇ ਤਰਫੋਂ ਆਇਆ ਸੀ ਪੱਠਾ ਹੀ ਸੀ ਕੋਰਾ ਸੀ ਇਹ ਉਸਤਾਦ ਖਾਲਦ ਖਟਕ ਸਾਹਿਬ ਦੇ ਜੀ ਮਾਸ਼ਾਅੱਲਾ ਜੀ ਤੇ ਇਹਨੂੰ ਨਹੀਂ ਅਜੇ ਮੌਕਾ ਦਿੱਤਾ ਨਹੀਂ ਨਹੀਂ ਆਇਆ ਸੀ ਬਾ ਕਾਪੀ ਛੁੱਟਦਾ ਰਿਹਾ ਫਸਟ ਪਹਿਲੇ ਹੀ ਬਹਿ ਰਿਹਾ ਸੀ ਸਾਡੇ ਕੋਲੇ ਠੀਕ ਹੋ ਗਿਆ ਇਹ ਉਸਤਾਦ ਖਾਲਦ ਖਟਕ ਸਾਹਿਬ ਦੇ ਘਰ ਦਾ ਜੀ ਠੀਕ ਹੋ ਗਿਆ ਮਾਸ਼ਾਅੱਲਾ ਜੀ ਅੱਜ ਨਾ ਤੁਸੀਂ ਸ਼ੋਅ ਕਰਾ ਰਹੇ ਸਾਂ ਉਸਤਾਦ ਚੌਧਰੀ ਫਿਆਜ਼ ਧੋਰੀਆ ਸਾਹਿਬ ਦੇ ਜਿਹੜੇ ਕਬੂਤਰ ਅੱਸੂ ਦੇ ਟੂਰਨਾਮੈਂਟਾਂ ਜੁੜਦੇ ਰਹੇ ਨੇ ਇਹ ਜਨਾਬ ਕਬੂਤਰ ਹਨ ਉਹਨੂੰ ਵੀ ਅਤਰ ਕਰ ਦਿਓ
हूँ जनाब तुहानू कोई ब्रीडर कबूतर का भी शौक कराते हैं। माशाल्लाह बहुत ही आउट क्लास ब्रीडर कबूतर हैं उस्ताद चौधरी फयाज दौरिया साहब को, खासकर जनाब शर्मीले कबूतर, तो उन्हों का भी जनाब तुहानू शौक कराते हैं। आओ जी उधर ले आओ लाइट बीच अगर किसी भरा का कोई कमेंट रह गया हो ना रीड किया हो तो माजरत, मैं जरा एक कबूतर का शो कर रहा सा तो इस वजह तो अगर किसी भरा का कोई कमेंट रह गया हो तो माजरत करदा। उस्ताद जी इधर ही ले आओ रोशनी च जनाब शर्मीला कबूतर है उस्ताद चौधरी मोइन नवाज गुमन साहब वाले कबूतरा चो ते शौक करो जी। माशाल्लाह बहुत ही आउट क्लास रिजल्टेड कबूतर हैं। मैं जनाब इसना आईज क्लोज अप माशाल्लाह जी किसना पर्च ए जनाब इसने कुंदे ना शोक करो माशाल्लाह जी। इसने कोई पट्टियां पट्ठे उड़ाए ने इसने अगे इदा उड़दे सी लेकिन इस दफा वो पट्टी कोई नहीं ठीक हो गया। इसते वैसे अगे क्रॉस इससे दे सार ज्यादा ला विच अगे क्रॉस अच्छा मतलब जितने अगे क्रॉस विच पट्टियां पट्ठे पाए ने वो इस दे वैसे दा एक वैसे जानियो सी मौसम ज्यादा चला गया सी अच्छा उड़दा सी लेकिन एक पट्टिया नहीं सी इदा ड्रैक जड़ा सी ना। ऐ जनाब शर्मीला कबूतर है शौक करो कोई ना देख क्रॉस क्रूज करा के ना जी माशाल्लाह जी ओते ऐ जनाब एक और शर्मीले कबूतर दा शौक करो जनाब इसने आईज क्लोज अप माशाल्लाह जी है जनाब इसना कुंदा ये भी जनाब शर्मीला कबूतर है उस्ताद चौधरी फयाज दौरिया साहब ना माशाल्लाह जी ए जनाब शौक करो शर्मीले कबूतरां दा
माशाल्लाह जी। जनाब शर्मीला कबूतर है, शोक करो। जनाब इसने आइस क्लोज अप, माशाल्लाह जी। जनाब इसने पारना शोक करो। माशाल्लाह जी। मलिक साजिद साहब जनाब, वालेकुम सलाम। ए भी जनाब एक और शर्मीला कबूतर है, इदा भी शोक करो। माशाल्लाह जी। जनाब शर्मीला कबूतर है, जनाब उस्ताद चौधरी फियाज दौरिया साहब ना एक और शर्मीला कबूतर है, इदा भी शोक करो। माशाल्लाह जी। जनाब इदी आइस क्लोज अप, माशाल्लाह जी। जनाब इदे कुंदे दा शोक करो, माशाल्लाह जी। छोड़ो जी उठे। ए भी शर्मीला, ए भी शर्मीला, ए जी ए भी शर्मीला है। एदा भी जनाब शोक करो, माशाल्लाह। बहुत ही आउट क्लास शर्मीले कबूतर हैं जनाब उस्ताद चौधरी फियाज दौरिया साहब को, माशाल्लाह। रिजल्टेड ब्रीड है, जबरदस्त जी, माशाल्लाह जी। यार भाई की और भी शर्मीले कर कहंदे उते चेक करा दी, ये काफी ने कोई नहीं नहीं ठीक है, माशाल्लाह जी, जबरदस्त है। चलियो ना इन शो काले दे चेक करा दीजिए, एन मोर चेक करा के ना शो काला नहीं जुड़ा लगेया। ऐ जनाब उस्ताद चौधरी फियाज दौरिया साहब दे शर्मीले ब्रीडर कबूतर हैं।
नबील भाई जनाब जेलम तो बार स्टार्ट हो गई है जेलम विच चौधरी असन उत्तम साहब जनाब वालेकुम सलाम जेलम बार स्टार्ट हो गई है जी कोई लाल अखियां दा शो करा दे लाल अखियां दा गोल्डन दा अनमोल विचो अनमोल अच्छा अनमोल ही है ए दा शो करा इदे पुत्तर जी अच्छा वो जड़ा ठीक है एक नंबर ए जनाब गोल्डन कबूतर हैं तो उस्ताद चौधरी फयाज दोरिया साहब अनमोल ना रखे है जनाब इन्हों अनमोल ब्रीड एक नंबर जनाब तो अगे जो परवाजी कबूतर तुम्हें शो करा रहे सच एक नंबर गोल्डन कबूतर का शो कराया से वह जनाब इस कबूतर का पट्ठा है तो ऐसा भी जनाब शो करो माशाल्लाह ए जनाब इदी आइज क्लोजअप माशाल्लाह जी हूँ जनाब तुहानू गोल्डन कबूतरां दा शौक करा रहे हैं ए जनाब इहदा पर दा शौक करो थोड़ा जिहा रोशनी च करो नीचे ठीक है ठीक है छोड़ो चलो मैं करके करना फिर उधर खा लो माशाल्लाह जी चौधरी हसन उत्तम साहब जनाब तुम सलाम दे रहे हैं वालेकुम सलाम सलाम तेरा भी सलाम आए अताओ मुस्तफा साहब जनाब वालेकुम सलाम ठीक है नहीं छोड़ दिया चल चल गोल्डन गोल्डन पहले तू छह नंबर की फड़ लो इस कबूतर का जनाब शौक करो बहुत ही आउट क्लास कबूतर है माशाल्लाह बहुत ही रिजल्टेड गोल्डन कबूतर है एक जगह रखो ऐ जनाब इसकी आईज क्लोज अप माशाल्लाह जी बहुत ही रिजल्टेड कबूतर है जनाब पर दा शौक करो माशाल्लाह जी माशाल्लाह जी उम्मीद है तुसा सारेयां भरावां दोस्तां की उस्ताद चौधरी फयाज दोरिया साहब ना जनाब शौक पसंद आया उसी मौसम खराब हो रहा बस करिए नहीं ठीक है ना तो कहो ना जी शौक करो चांदी तो हम दिखा रहे हैं कुछ पीस
जनाब एक और परिंदे का शौक करो माशाल्लाह जी साजी है केड़ा कबूतर है शौक वाले कबूतर ने शौक वाले माशाल्लाह जी ठीक है एक माती पास इतने नाल जो लगा उस जगह शौक खराब मौसम खराब है फिर इंशाल्लाह ना अल्लाह का याद है जिहड़े अगे कबूतर का शौक किया जनाब ओदी मादी है शौक वाले कबूतर तो माशाल्लाह जी बहुत ही आउट क्लास जोड़ा लगे आ ये परिंदे घर दे ही है तो जोड़ा किने लाया उस्ताद चौधरी ए जनाब उस्ताद चौधरी फयाज दोरिया साहब के हाथ का जनाब जोड़ा लगे आ पहले जनाब तुहानू नर का शौक कराया तो हूँ मादी का तो माशाल्लाह जी बहुत ही आउट क्लास जोड़ा लगे आ बस करो मौसम खराब ठीक है अब माती दा शौक मार लो उधर आ जाते मौसम खराब है इंशाल्लाह नेक्स्ट टाइम इंशाल्लाह जी नेक्स्ट तुम फिर इस छत तो एक बारी डिटेल ना शौक करासा आज मौसम ने खराबी नहीं वजह तो शौक इतने ही जनाब खत्म करने इंशाल्लाह उस्ताद चौधरी फयाज दोरिया साहब ने छत उपरों एक दफा फिर डिटेल ना जनाब शौक हो सी तो उम्मीद है जनाब सा सारे भरावान दोस्तों की उस्ताद चौधरी फयाज दोरिया साहब ने जनाब शौक पसंद आया उसी तो दुआवा जनाब याद रखे इंशाल्लाह फिर मुलाकात हो सी अल्लाह हाफिज़।